ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦਾ ਦੇਹਾਂਤ ਹੋ ਗਿਆ। ਲੁਧਿਆਣਾ ਦੇ DMC ਵਿੱਚ ਉਹਨਾਂ ਨੇ ਅੱਜ ਆਪਣੇ ਆਖਰੀ ਸਾਹ ਲਏ। ਪਿਛਲੇ 20 ਦਿਨਾਂ ਤੋਂ ਜਗਦੇਵ ਸਿੰਘ ਲਗਾਤਾਰ ਬਿਮਾਰ ਚੱਲ ਰਹੇ ਸਨ। ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਗਦੇਵ ਸਿੰਘ 85 ਸਾਲਾਂ ਦੇ ਸਨ। ਜਗਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਗਦੇਵ ਸਿੰਘ ਤਲਵੰਡੀ ਦੀ ਮੌਤ 'ਤੇ ਡੂੰਘਾ ਦੁੱਖ ਜਤਾਇਆ ਹੈ। ਕੱਲ੍ਹ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਗਦੇਵ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ। ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਬੀਤੇ 20 ਦਿਨਾਂ ਤੋਂ ਲਗਾਤਾਰ ਜਗਦੇਵ ਸਿੰਘ ਤਲਵੰਡੀ ਦਾ ਇਲਾਜ ਚੱਲ ਰਿਹਾ ਸੀ ਅਤੇ ਅੱਜ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ। ਅੰਤਿਮ ਸੰਸਕਾਰ ਕੱਲ੍ਹ ਨੂੰ ਕੀਤਾ ਜਾਵੇਗਾ। ਜਗਦੇਵ ਸਿੰਘ ਤਲਵੰਡੀ ਟਕਸਾਲੀ ਅਕਾਲੀ ਆਗੂ ਵੀ ਨੇ। ਕਾਫੀ ਡਿਜ਼ੀਜ਼ ਉਨਕੋ ਡਾਇਬਟੀਜ਼, ਬਲੱਡ ਪ੍ਰੈਸ਼ਰ, ਹਾਰਟ ਉਨਕਾ ਵੀਕ ਥਾ ਕਾਫੀ ਦੇਰ ਸੇ, ਔਰ ਸਪਾਈਨ ਕੀ ਵੀ ਪ੍ਰੋਬਲਮ ਥੀ ਜਿਸਕੇ ਕਾਰਨ ਵੋ ਡਿਸੇਬਲ ਥੇ। ਆਜ 11:10 ਪੇ ਵੋ ਵੀ ਹੈਵ ਲੋਸਟ ਹਿਮ, ਉਨਕੀ ਡੈਥ ਹੋ ਗਈ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਬਹੁਤ ਹੀ ਦ੍ਰਿੜ ਔਰ ਨਿਸ਼ਚੇ ਵਾਲੇ ਲੀਡਰ ਸਨ। ਉਹਨਾਂ ਦਾ ਚਲੇ ਜਾਣਾ, ਸੰਸਾਰ ਤੋਂ ਕੂਚ ਕਰ ਜਾਣਾ, ਇਹਦੇ ਨਾਲ ਪੰਥ ਨੂੰ, ਪੰਜਾਬ ਨੂੰ, ਔਰ ਮੈਂ ਸਮਝਦਾ ਕਿ ਸਿੱਖੀ ਸਿੱਖ ਧਰਮ ਨੂੰ ਵੀ ਬਹੁਤ ਵੱਡਾ ਘਾਟਾ ਪਿਆ।